ਭਰਦਾ ਸੀ ਦਹੇਜ ਲਈ ਤੰਗ। ਪਿਤਾ ਤੋਂ ਨਹੀਂ ਸਹਿ ਹੋਇਆ ਆਪਣੀ ਬੇਟੀ ਦਾ ਦੁੱਖ। ਜਿਵੇਂ ਹੋਈ ਸੀ ਵਿਦਾਈ ਉਸੇ ਤਰ੍ਹਾਂ ਹੀ ਹੋਈ ਘਰ ਵਾਪਸੀ। ਬੈਂਡ ਵਾਜਿਆਂ ਨਾਲ ਬੇਟੀ ਨੂੰ ਲੈ ਕੇ ਆਏ ਘਰ ਵਾਪਸ। ਘਰ ਦੇ ਦਰਵਾਜ਼ੇ ਤੇ ਟੰਗ ਕੇ ਆਈ ਆਪਣੀ ਲਾਲ ਚੁੰਨੀ। ਬੇਟੀ ਦੀ ਜਿਵੇਂ ਵਿਦਾਈ ਹੋਈ ਸੀ ਉਸੇ ਤਰ੍ਹਾਂ ਹੀ ਬੇਟੀ ਦੇ ਪਿਤਾ ਉਸਨੂੰ ਆਪਣੇ ਘਰ ਵਾਪਸ ਲੈ ਕੇ ਆਏ। ਦਰਅਸਲ ਬੇਟੀ ਦਾ ਸਹੁਰਾ ਪਰਿਵਾਰ ਉਸਨੂੰ ਦਹੇਜ ਲਈ ਤੰਗ ਪਰੇਸ਼ਾਨ ਕਰਦਾ ਸੀ। ਲੱਖਾਂ ਕੋਸ਼ਿਸ਼ਾਂ ਕੀਤੀਆਂ ਪਰ ਪੀੜਤ ਕਰਨਾ ਬੰਦ ਨਹੀਂ ਹੋਇਆ। ਹਾਰ ਕੇ ਇਸ ਪਿਓ ਨੇ ਆਪਣੀ ਬੇਟੀ ਨੂੰ ਸਹੀ ਸਲਾਮਤ ਘਰ ਲਿਆਉਣਾ ਹੀ ਠੀਕ ਸਮਝਿਆ ਤੇ ਆਪਣੀ ਬੇਟੀ ਦੀ ਜਿਵੇਂ ਬੈਂਡ ਵਾਜਿਆਂ ਨਾਲ ਵਿਦਾਈ ਕੀਤੀ ਸੀ ਉਸੇ ਤਰ੍ਹਾਂ ਉਸਨੂੰ ਬੈਂਡ ਵਾਜਿਆਂ ਨਾਲ ਸਹੁਰੇ ਘਰ ਪਹੁੰਚ ਕੇ ਆਪਣੇ ਘਰ ਵਾਪਸ ਲੈ ਕੇ ਆਈ। ਉਰਫੀ ਦਾ ਵਿਆਹ ਚਕੇਰੀ ਦੇ ਰਹਿਣ ਵਾਲੇ ਆਸ਼ੀਸ਼ ਦੇ ਨਾਲ ਹੋਇਆ ਸੀ। ਉਰਫੀ ਦਿੱਲੀ ਦੇ ਏਅਰਪੋਰਟ ਤੇ ਕੰਮ ਕਰਦੀ ਹੈ ਤੇ ਉਸਦੇ 5 ਸਾਲ ਦੀ ਬੇਟੀ ਵੀ ਹੈ ਤੇ 8 ਸਾਲ ਬਾਅਦ ਉਸਨੇ ਆਪਣੇ ਪਤੀ ਨੂੰ ਤਲਾਕ ਦਿੱਤਾ ਤੇ ਤਲਾਕ ਤੋਂ ਬਾਅਦ ਅਤੇ ਜਿਸ ਚੁੰਨੀ ਨੂੰ ਉਸਨੇ ਵਿਆਹ ਮੌਕੇ ਲਿਆ ਸੀ ਉਸਨੂੰ ਘਰ ਦੇ ਦਰਵਾਜ਼ੇ ਤੇ ਤੰਗ ਦਿੱਤਾ। ਇਸ ਪਿਤਾ ਨੇ ਪੁਰਾਣੀਆਂ ਰੀਤਾਂ ਤੇ ਸੋਚ ਨੂੰ ਬਦਲ ਦਿੱਤਾ ਤੇ ਉਹਨਾਂ ਨੇ ਹਰ ਮਾਂ ਪਿਓ ਨੂੰ ਇਹੋ ਅਪੀਲ ਕੀਤੀ ਹੈ ਕਿ ਆਪਣੀਆਂ ਬੇਟੀਆਂ ਦਾ ਸਾਥ ਕਦੇ ਨਾ ਛੱਡੋ ਤੇ ਜਿੱਥੇ ਵੀ ਉਹਨਾਂ ਨੂੰ ਕੋਈ ਪਰੇਸ਼ਾਨੀ ਲੱਗੇ ਆਪਣੀ ਬੇਟੀਆਂ ਦਾ ਸਾਥ ਦਿਓ, ਕਿਉਂਕਿ ਮਾਂ ਪਿਓ ਹੀ ਆਪਣੇ ਬੱਚਿਆਂ ਦਾ ਸਾਥ ਦੇ ਸਕਦੇ ਨੇ। ਕਿਉਂਕਿ ਅਕਸਰ ਹੀ ਮਾਂ ਪਿਓ ਆਪਣੀ ਬੇਟੀਆਂ ਦੀ ਵਿਦਾਈ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਕਹਿ ਦਿੰਦੇ ਨੇ ਕਿ ਅਸੀਂ ਵਿਦਾਈ ਕਰ ਦਿੱਤੀ ਹੈ ਪਰ ਹੁਣ ਅਰਥੀ ਸਹੁਰੇ ਘਰ ਤੋਂ ਹੀ ਉੱਠਣੀ ਚਾਹੀਦੀ ਹੈ, ਭਾਵੇਂ ਉਹਨਾਂ ਦੀਆਂ ਬੇਟੀਆਂ ਨੂੰ ਲੱਖਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ। ਪਰ ਇਸ ਪਿਓ ਦਾ ਕਹਿਣਾ ਹੈ ਕਿ ਪੇਕਾ ਘਰ ਹਮੇਸ਼ਾ ਬੇਟੀ ਦਾ ਰਹਿੰਦਾ ਹੈ, ਉਸਨੂੰ ਜਦੋਂ ਵੀ ਤਕਲੀਫ ਹੋਵੇ ਤਾਂ ਉਹ ਆਪਣੇ ਘਰ ਵਾਪਸ ਆ ਸਕਦੀ ਹੈ। ਇਹ ਮਾਮਲਾ ਕਾਨਪੁਰ ਤੋਂ ਸਾਹਮਣੇ ਆਇਆ। ਫਿਲਹਾਲ ਤੁਹਾਡੀ ਇਸ ਖਬਰ ਨੂੰ ਵੇਖਣ ਤੋਂ ਬਾਅਦ ਕੀ ਰਾਏ ਹੈ ਜਾਂ ਫਿਰ ਤੁਸੀਂ ਇਸ ਦਲੇਰ ਪਿਓ ਬਾਰੇ ਕੀ ਕਹਿਣਾ ਚਾਹੋਗੇ, ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਤੇ ਆਪਣੇ ਸੁਝਾਅ ਸਾਂਝੇ ਕਰੋ।